ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸ੍ਰੀ ਅਕਾਲ। ਮੇਰੇ ਵੱਲੋਂ ਆਪ ਜੀ ਤੇ ਸਾਰੇ ਸਰੋਤਿਆਂ ਦਾ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ, ਸਿਹਤਾਂ ਠੀਕ ਨੇ? ਬੜੀ ਕਿਰਪਾ ਜੀ, ਤੁਸੀਂ ਸੁਣਾਓ ਜੀ। ਸਾਡਾ ਵੀ ਠੀਕ ਠਾਕ ਆ ਜੀ, ਚੜ੍ਹਦੀ ਕਲਾ। ਚਲੋ ਖਬਰ ਕਿੱਥੋਂ ਸ਼ੁਰੂ ਕਰੀਏ? ਸਿੱਧਾ ਚੱਲੀਏ ਵਾਰਾਣਸੀ। ਵਾਰਾਣਸੀ ਵਿਚ ਮੋਦੀ ਦੀ ਆਮਦ ਨੂੰ ਲੈ ਕੇ ਸਫੈਦ ਰੰਗ ਵਾਲੀ ਮਸਜਿਦ ਨੂੰ ਕੀਤਾ ਗਿਆ ਗੇਰੂਆ ਰੰਗ। ਮੁਸਲਿਮ ਭਾਈਚਾਰੇ ਵਿਚ ਰੋਸ ਰੋਸ ਤਾਂ ਹੋਊਗਾ। ਹਾਂਜੀ, ਜੱਬੇ ਬਾਨ ਲਾ ਗਏ ਹੋ, ਧੱਬੇ ਰੋਸ ਜਾ ਗਏ ਹੋ। ਮਥੁਰਾ ਵਿੱਚ ਗੜਬੜ ਕਰਨ ਦੀਆਂ ਕੋਸ਼ਿਸ਼ਾਂ ਹੋ ਕੀਤੀਆਂ ਗਈਆਂ, ਕੀ ਕਹਿਣਾ ਚਾਹੋਗੇ? ਪਹਿਲਾ ਸਵਾਲ ਹੀ ਵੈਸੇ ਵਾਰਾਣਸੀ ਤੋਂ ਇੱਕ ਚਰਚਾ ਦੇ ਵਿੱਚ ਆ ਅੱਜ ਉੱਥੇ। ਹਾਂਜੀ, ਵਾਰਾਣਸੀ ਜਦੋਂ ਪਹਿਲੀ ਵਾਰੀ ਗਏ ਸੀ ਮੋਦੀ ਸਾਹਿਬ ਇਲੈਕਸ਼ਨ ਲੜਨ ਵਾਲੇ, ਕਹਿੰਦੇ ਸੀ ਮੇਰੇ ਗੰਗਾ ਮਈਆ ਨੇ ਬੁਲਾਇਆ। ਹਾਂ ਹਾਂ, ਬਿਲਕੁਲ ਸਹੀ ਕਿਹਾ। ਗੰਗਾ ਮਈਆ ਨੇ ਬੁਲਾਇਆ ਸੀ, ਦੋ ਵਾਰੀ ਉੱਥੋਂ ਇਲੈਕਸ਼ਨ ਜਿੱਤ ਚੁੱਕੇ ਨੇ, ਲੇਕਿਨ ਅਜੇ ਤੱਕ ਗੰਗਾ ਮਈਆ ਦੀ ਸਫਾਈ ਨਹੀਂ। ਜਿਹੜਾ ਪਹਿਲੀ ਵਾਰੀ ਕਮਿਟਮੈਂਟ ਕੀਤਾ ਸੀ ਗੰਗਾ ਮਈਆ ਦੀ ਸਫਾਈ ਕਰਦੀ ਹੈ। ਸਿਰਫ ਇੱਕ ਘਾਟ ਆ ਜਿੱਥੇ ਲਿਆ ਕੇ ਵਿਦੇਸ਼ੀ ਮਹਿਮਾਨਾਂ ਨੂੰ ਵਿਖਾਇਆ ਜਾਂਦਾ ਤੇ ਬਿਠਾਇਆ ਜਾਂਦਾ, ਉਹਦੀ ਸਫਾਈ ਕੀਤੀ, ਬਾਕੀ ਕੋਈ ਸਫਾਈ ਨਹੀਂ ਕੀਤੀ। ਜਪਾਨ ਦੇ ਰਾਸ਼ਟਰਪਤੀ ਜਦੋਂ ਇੱਥੇ ਆਏ ਸੀ, ਉਹਨਾਂ ਕੋਲੋਂ ਬੁਲਟ ਟ੍ਰੇਨ ਦਾ ਵਾਅਦਾ ਲਿਆ ਸੀਗਾ। ਉਸ ਟਾਈਮ ਤੇ ਉਹਨਾਂ ਨੂੰ ਵਾਰਾਣਸੀ ਲੈ ਕੇ ਤੇ ਮੰਦਰ ਦੇ ਵਿੱਚ ਚਾਰ ਘੰਟੇ ਬੈਠੇ ਰਹੇ ਤੇ ਉਹਨੇ ਕੋਈ ਜਵਾਬ ਦਿੱਤਾ ਸੀ ਜੇ ਤੁਹਾਡੇ ਕੋਲ ਇੰਨਾ ਟਾਈਮ ਤੇ ਬੁਲਟ ਟ੍ਰੇਨ ਦੀ ਲੋੜ ਕੀ ਹੈ ਤੁਹਾਨੂੰ। ਇਹ ਬੜਾ ਤਕੜਾ ਵਿਅੰਗ ਸੀ ਉਹਨਾਂ ਦਾ। ਚਾਰ ਚਾਰ ਘੰਟੇ ਜੇ ਤੁਸੀਂ ਇੱਥੇ ਬਹਿ ਕੇ ਪੂਜਾ ਕਰ ਸਕਦੇ ਹੋ, ਵਿਹਲੇ ਬਹਿ ਸਕਦੇ ਹੋ, ਤੇ ਫਿਰ ਤੁਹਾਨੂੰ ਬੁਲਟ ਟ੍ਰੇਨ ਦੀ ਲੋੜ ਕੋਈ ਨੀ। ਉਹ ਮੁੜ ਕੇ ਪ੍ਰੋਜੈਕਟ ਇੱਥੇ ਪ੍ਰੇਮ ਵੀ ਚੜਿਆ। ਹੁਣ ਵਾਰਾਣਸੀ ਦੇ ਵਿੱਚ ਇਹਨਾਂ ਨੇ 13 ਤਰੀਕ ਨੂੰ ਬਕਾਇਦਾ ਤੌਰ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਜਾਣਾ ਉੱਥੇ। ਉਹਨਾਂ ਦੇ ਜਾਣ ਤੋਂ ਪਹਿਲਾਂ ਉਹਨਾਂ ਕਿ ਜਿਸ ਪਾਸੇ ਪ੍ਰਧਾਨ ਮੰਤਰੀ ਸਾਹਿਬ ਨੇ ਜਾਇਆ, ਉਹਨਾਂ ਦੀਆਂ ਸਾਰੀਆਂ ਇਮਾਰਤਾਂ ਗਈਆਂ ਗੇਰੂਆ ਰੰਗ ਦੀਆਂ ਰੱਖੀਆਂ। ਰਸਤੇ ਚ ਇੱਕ ਮਸਜਿਦ ਆਉਂਦੀ ਸੀ, ਉਹਦਾ ਵੀ ਰਾਤੋ ਰਾਤ ਉਸ ਪਾਸੇ ਦਾ ਪਾਸਾ ਜਿਹੜਾ ਸੀ ਗੇਰੂਆ ਰੰਗ ਦਾ ਕਰ ਦਿੱਤਾ। ਆਮ ਤੌਰ ਤੇ ਮਸਜਿਦ ਦਾ ਰੰਗ ਹਰਿਆ ਜਾਂ ਚਿੱਟਾ ਹੁੰਦਾ ਤੇ ਇਹ ਵੀ ਚਿੱਟੇ ਰੰਗ ਦੀ ਮਸਜਿਦ। ਹੁਣ ਉੱਥੋਂ ਦੀ ਇੰਤਜ਼ਾਮੀਆ ਕਮੇਟੀ ਜਿਹੜੀ ਹੈ, ਅੰਜੂਮਾਨ ਇੰਤਜ਼ਾਮ ਜਿਹੜੀ ਮਸਜਿਦ ਆਏ, ਉਹਦੀ ਇੰਤਜ਼ਾਮੀਆ ਕਮੇਟੀ ਦੇ ਮੁਹੰਮਦ ਆਜ਼ਾਦ ਜਿਹੜੇ ਇੰਚਾਰਜ ਨੇ, ਉਹਨੇ ਨੈਨੀ ਗੱਲ ਕਹੀ, ਭਾਈ ਤੁਸੀਂ ਜੋ ਕੀਤਾ ਗਲਤ ਕੀ, ਸਾਨੂੰ ਘੱਟੋ ਘੱਟ 10 ਤਾਂ ਦਿੰਦੇ ਹੋ, ਲੇਕਿਨ ਇਹ ਵੀ ਪਤਾ ਲੱਗਿਆ ਦੁਬਾਰਾ ਫਿਰ ਰੰਗ ਨੂੰ ਚਿੱਟਾ ਕਰ ਦਿੱਤਾ ਗਿਆ, ਲੇਕਿਨ ਅਜੇ ਤੱਕ ਕਿਉਂਕਿ ਉਹਦੀ ਪੁਸ਼ਟੀ ਨਹੀਂ ਹੋਈ। ਲੇਕਿਨ ਉਹਨਾਂ ਨੇ ਕਹਿਤਾ ਜਿਹੜੇ ਮੁਸਲਮਾਨ ਭਾਈ ਹੈ, ਜਿੱਦਣ ਉਹਨਾਂ ਦਾ ਦੌਰਾ ਪ੍ਰਧਾਨ ਮੰਤਰੀ ਸਾਹਿਬ ਦਾ ਖਤਮ ਹੋ ਜਾਏਗਾ, ਉਸ ਦਿਨ ਅਸੀਂ ਬਕਾਇਦਾ ਤੌਰ ਤੇ ਇਹਨੂੰ ਫਿਰ ਸਫੈਦ ਰੰਗ ਕਰਕੇ ਉੱਥੇ ਅੰਕ ਬਣਾਉਣਾ। ਚਾਵਲਾ ਸਾਹਿਬ, ਜਦੋਂ ਵੀ ਇਲੈਕਸ਼ਨ ਆਉਂਦੀ ਇਹੋ ਜਿਹੀ ਚਿੱਤਰਾਂ ਛਿੜੀਆਂ ਜਾਂਦੀਆਂ। ਜੀ ਬਿਲਕੁਲ, ਮਥੁਰਾ ਦੇ ਵਿੱਚ ਬਕਾਇਦਾ ਤੌਰ ਤੇ ਪਿਛਲੇ ਇੱਕ ਹਫ਼ਤੇ ਤੋਂ ਉੱਥੇ ਬੰਦੇ ਇਕੱਠੇ ਕੀਤੇ ਜਾ ਰਹੇ ਸੀ, ਲੇਕਿਨ ਪ੍ਰਸ਼ਾਸਨ ਨੇ ਸਖ਼ਤੀ ਕਰਦਿਆਂ ਕੱਲ ਇਹਨਾਂ ਨੂੰ ਕਿਸੇ ਕਿਸਮ ਦੀ ਕੋਈ ਗੜਬੜ ਨਹੀਂ ਕਰ ਦਿੱਤੀ। ਨਹੀਂ ਤੇ ਇਹਨਾਂ ਕਿਹਾ ਸੀ ਸ਼ਾਹੀ ਮਸਜਿਦ ਵਿੱਚ ਬਕਾਇਦਾ ਤੌਰ ਤੇ ਉਹਦੇ ਗੁੰਬਦ ਤੇ ਅਸੀਂ ਝੰਡੇ ਚੜਾਵਾਂਗੇ ਆਪਣੇ, ਤੇ ਨਾ ਬਕਾਇਦਾ ਤੌਰ ਤੇ ਮੂਰਤੀਆਂ ਰੱਖਾਂਗੇ। ਲੇਕਿਨ ਇੰਨੇ ਸਖ਼ਤ ਪ੍ਰਬੰਧ 144 ਲੱਗੀ ਸੀ ਕਿ ਸਰਕਾਰ ਨੇ ਉੱਥੇ ਕਿਸੇ ਦੀ ਚਿੜੀ ਨਹੀਂ ਫੜਕਣੀ। ਜੀ ਅੱਛਾ, ਜਦੋਂ ਪਾਟੀ ਸਾਹਿਬ ਇਹਨੂੰ ਮਾੜਾ ਜਿਹਾ ਟਵਿਸਟ ਕਰ ਲਈਏ, ਇਹ ਜਿਹੜੀਆਂ ਹਰਕਤਾਂ ਨੇ ਜਾਣ ਬੁੱਝ ਕੇ ਦੂਸਰੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਲੀਆਂ, ਹੁਣ ਇੱਥੇ ਕੋਈ ਧਾਰਾ ਨਹੀਂ ਲੱਗਦੀਆਂ, ਧਾਰਾ ਖਤਮ ਹੋ ਗਈਆਂ। ਇਹਨੂੰ ਕਹਿੰਦੇ ਯੋਰਾਵਰਾਂ ਦਾ 3700। ਇੱਕ ਕਿੱਡਾ ਵੱਡਾ ਮਤਲਬ ਲੋਕਤੰਤਰ ਦੇਸ਼ ਹੈ, ਕਿੱਡਾ ਵੱਡਾ ਗੁਲਦਸਤਾ ਹੈ ਉਹ, ਬੜਾ ਕਿੰਨੀਆਂ ਸੋਹਣੀਆਂ ਉੱਥੇ ਰੂਹਾਂ ਵਸਦੀਆਂ ਨੇ। ਜਦੋਂ ਦੂਜੇ ਪਾਸੇ ਫਿਰ ਪਾਕਿਸਤਾਨ ਤੋਂ ਮਾੜੀ ਜੀ ਕਿਸੇ ਮੰਦਰ ਦੀ ਖਬਰ ਆਉਂਦੀ ਹੈ ਤੇ ਫਿਰ ਤਾਂ ਥੱਲੀ ਕਿਉਂ ਮੱਚਦੀ ਹੈ? ਉੱਥੇ ਵੀ ਤਾਂ ਤੁਹਾਡੇ ਵਰਗੇ ਕੱਟੜਪੰਥੀ ਬੈਠੇ ਹੀ ਨੇ ਨਾ। ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਸਾਡੇ ਮਤਲਬ ਮਜ਼ਹਬ ਦੇ ਸਾਡੇ
ਧਰਮ ਦੇ ਅਦਾਰਿਆਂ ਦੇ ਨਾਲ ਇਸ ਤਰ੍ਹਾਂ ਹੋ ਰਿਹਾ, ਉੱਥੇ ਮਾੜੀ ਜੀ ਵੀ ਜੇ ਇੱਕ ਉੱਥੇ ਇਹ ਟੁੱਟਦੀ ਹੈ, ਚਾਹੇ ਗੁਰਦੁਆਰਾ ਸਾਹਿਬ ਹੋਵੇ ਅਤੇ ਚਾਹੇ ਮੰਦਰ ਹੋਵੇ, ਫਿਰ ਸਾਨੂੰ ਮਿਰਚਾਂ ਲੱਗਦੀਆਂ ਨੇ ਜਾਣ ਬੁੱਝ ਕੇ ਇਹੋ ਜਿਹੀ। ਕਿਉਂ ਤੁਸੀਂ ਮਤਲਬ ਜੇ ਧਰਮ ਸਾਰੇ ਬਰਾਬਰ ਨੇ, ਤੁਸੀਂ ਆਪਣਾ ਅਕੀਦਾ ਉਹਨਾਂ ਨੂੰ ਆਪਣਾ ਕਰਨ ਦਿਓ, ਉਹਨਾਂ ਨੂੰ ਆਪਣੀ ਪ੍ਰਾਰਥਨਾ ਕਰਨ ਦਿਓ, ਆਪਣਾ ਪ੍ਰੈਕਟਿਸ ਕਰਨ ਦਿਓ, ਕਿਉਂ ਜਾਣ ਬੁੱਝ ਕੇ ਇਸ ਤਰ੍ਹਾਂ ਦੀ ਸ਼ਰਾਰਤਾਂ ਹੁੰਦੀਆਂ ਨੇ? ਸਿਰਫ ਵੋਟਾਂ ਹੀ ਰਹਿ ਗਈਆਂ ਨੇ। ਚਲੋ ਉੱਥੇ ਮੂਰਤੀਆਂ ਨਹੀਂ ਰੱਖਣ ਦਿੱਤੀਆਂ ਝੰਡਾ ਦੇ ਚੱਲਣ ਦਿੱਤਾ, ਤੇ ਇਹਨਾਂ ਨੇ ਕੰਪਿਊਟਰ ਦੇ ਉੱਤੇ ਬਕਾਇਦਾ ਤੌਰ ਤੇ ਜਿਹੜੀ ਕ੍ਰੈਡਿਟ ਕਰਕੇ ਉੱਥੇ ਓਮ ਦਾ ਝੰਡਾ ਚੜਾਤਾ। ਜੇ ਕਿਤੇ ਮੰਦਿਰ ਦੇ ਉੱਤੇ ਮਸਜਿਦ ਦਾ ਕੋਈ ਝੰਡਾ ਚੜਾਇਆ ਤੇ ਉਹਨੂੰ ਪਰਚਾ ਆਇਆ ਹੋਣਾ ਸੀ। 26 ਜਨਵਰੀ ਨੂੰ ਜਦੋਂ ਇੱਕ ਖਾਲੀ ਖੰਭੇ ਦੇ ਉੱਤੇ ਬਕਾਇਦਾ ਤੌਰ ਤੇ ਨਿਸ਼ਾਨ ਸਮਝਾ ਦਿੱਤਾ ਗਿਆ ਸੀ, ਕਿਹੜਾ ਗੁਨਾਹ ਕਰਤਾ ਸੀ? ਕੋਰਟਾਂ ਨੇ ਵੀ ਇਹ ਗੱਲ ਨੂੰ ਗਈ ਕਿਹਾ ਵੀ ਕਿਹੜਾ ਗੁਨਾਹ ਕਰਤਾ, ਵੀ ਇਹਨੇ ਖਾਲੀ ਖੰਭੇ ਤੇ ਲਾਤਾ ਤੇ ਕੀ ਗੁਨਾਹ ਕੀਤਾ, ਇਹਨਾਂ ਕੀ ਝੰਡੇ ਨੂੰ ਨੁਕਸਾਨ ਪਹੁੰਚਾਇਆ ਤੁਸੀਂ? ਤੇ ਕੇਸਰੀ ਨਿਸ਼ਾਨ ਆ, ਉਹ ਕੇਸਰੀ ਨਿਸ਼ਾਨ ਉਹਨਾਂ ਦੇ ਤੇ ਤੁਸੀਂ ਜਵਾਬਾਂ ਦੇ ਪਰਚੇ ਦਰਜ ਕਰਦੇ ਹੋ, ਇੱਥੇ ਸਭ ਕੁਛ ਹੋ ਗਿਆ, ਕਿਸੇ ਨੂੰ ਕੋਈ ਚਿੰਤਾ ਨਹੀਂ ਹੈ। ਇਸ ਕਰਕੇ ਜਾਣ ਬੁੱਝ ਕੇ ਮਾਹੌਲ ਨੂੰ ਖਰਾਬ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਗੁਰੂਗ੍ਰਾਮ ਦੇ ਵਿੱਚ ਇਸ ਫਰਾਈਡੇ ਨੂੰ ਸ਼ੁੱਕਰਵਾਰ ਵਾਲੇ ਦਿਨ ਜਦੋਂ ਉੱਥੇ ਨਮਾਜ਼ ਪੜ੍ਹਨ ਵਾਸਤੇ 35 ਥਾਵਾਂ ਦਿੱਤੀਆਂ ਨੇ ਸਰਕਾਰ ਨੇ, ਮੰਡੀ ਤੇ ਨਮਾਜ਼ ਪੜ੍ਹ ਸਕਦੇ ਹੋ, ਉੱਥੇ ਬਕਾਇਦਾ ਜਾ ਕੇ ਤੁਹਾਡੇ ਬਜਰੰਗ ਦਲ ਵਾਲੇ ਤੇ ਹਿੰਦੂ ਸਭਾ ਵਾਲੇ ਜਿਹੜੇ ਸੀ ਉਹਨਾਂ ਜਾ ਕੇ ਉੱਥੇ ਨਾਰੇ ਮਾਰੇ ਤੇ ਕਿਹਾ ਤੁਸੀਂ ਨਮਾਜ਼ ਨੀ ਪੜ੍ਹਨ ਵਾਲੀ ਗੱਲ, ਹੈਵੀ ਇਨਸਾਫ ਦੀ ਗੱਲ ਕੀਤੀ ਜੀ? ਚੰਗਾ ਹੁੰਦਾ ਉਹਨਾਂ ਦੇ ਖਿਲਾਫ਼ ਫੜ ਕੇ ਪਰਚੇ ਦਿੱਤੇ ਹੁੰਦੇ, ਚਾਰ ਦਿਨ ਜੇਲ੍ਹ ਚ ਬੈਠੇ ਤੇ ਪਤਾ ਲੱਗਦਾ ਉਹਨਾਂ ਨੂੰ ਕੀ ਕਰਦਾ। ਜੇ ਕਿਤੇ ਹੋਰ ਕੋਈ ਧਰਮ ਹੁੰਦਾ ਤੇ ਉਹਦੇ ਤੇ ਕਈ ਕਈ ਚੀਜ਼ ਪਰਚੇ ਦਰਜ ਹੋ ਜਾਣੇ ਸੀ। ਇਸ ਕਰਕੇ ਇਹ ਘਟਨਾਵਾਂ ਜਿਹੜੀਆਂ ਵਾ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਤੋੜਨ ਵਾਲੀਆਂ ਨੇ, ਉਹ ਨਹੀਂ ਵਾਪਰਨੀਆਂ ਚਾਹੀਦੀਆਂ। ਉੱਦਾਂ ਕਹਿੰਦੇ ਅਸੀਂ ਬੜੇ ਵੱਡੇ ਦੇਸ਼ ਭਗਤ ਆ, ਦੇਸ਼ ਭਗਤੀ ਦਿਸ ਰਹੀ ਫਿਰ ਤੁਹਾਡੀ ਕਿੱਥੇ ਦੇਸ਼ ਭਗਤ? ਬਿਲਕੁਲ ਜੀ, ਮੰਮੀ ਸਾਹਿਬ ਨੇ ਸਾਡੇ ਵੱਲੋਂ ਲੱਖ ਲੱਖ ਵਧਾਈ ਹੈ। ਇਹ ਮਾਨ ਜਿਹੜਾ ਕਿੰਨੀ 12,000-20,000 ਕਿਲੋਮੀਟਰ ਜਾ ਕੇ ਮਿਲਣਾ ਬੜੀ ਵੱਡੀ ਗੱਲ, ਔਰ ਇਹ ਮਾਨ ਕਰੀਬ ਇੱਕ ਸਦੀ ਤੋਂ ਬਾਅਦ ਮਿਲਿਆ ਸਾਨੂੰ ਜੀ ਜੀ, ਜਿਸ ਧਰਤੀ ਤੋਂ ਸਾਡੇ ਮੰਮੀ ਸਾਹਿਬ ਨੂੰ ਵਧਾਈ ਹੈ, ਬਹੁਤ ਵੱਡੀ ਵਧਾਈ ਹੈ। ਰੱਬ ਵਾਹਿਗੁਰੂ ਚੜ੍ਹਦੀ ਕਲਾ ਚ ਬਖਸ਼ੇ, ਉਹਨਾਂ ਦੀ ਵੱਡੀ ਵੱਡੀ ਉਮਰ ਕਰੇ, ਗਾਹ ਵੀ ਇਸੇ ਤਰ੍ਹਾਂ ਮਰ ਕੇ ਮਾਰਦੇ ਰਹਿਣ ਤੇ ਜੀ। ਕਿਸਾਨਾਂ ਦੀਆਂ ਮੰਗਾਂ ਮੰਨਣ ਨੂੰ ਲੈ ਕੇ ਸਰਕਾਰ ਹੁਣ ਮੇਂਗਣਾ ਪਾਉਣ ਲੱਗੀ ਹੈ, ਮੇਂਗਣਾ। ਅਤੇ ਜਦੋਂ ਮੇਂਗਣਾ ਪਾਉਣ ਲੱਗ ਪਵੇ ਨਾ ਸਰਕਾਰ, ਫਿਰ ਮਸਲੇ ਹੱਲ ਨਹੀਂ ਹੁੰਦੇ, ਫਿਰ ਮੇਂਗਣਾ ਹੀ ਪੈਂਦੀਆਂ। ਭਲਕੇ ਮੀਟਿੰਗ ਹੋ ਰਹੀ ਹੈ, ਕੀ ਕਹਿਣਾ ਚਾਹੋਗੇ? ਦੇਖੋ ਜੀ, ਸਰਕਾਰ ਜੋ ਮਰਜ਼ੀ ਕਰੇ, ਆਪਾਂ ਗੋਰਖਪੁਰ ਦੀ ਖਬਰ ਬਾਅਦ ਸਾਂਝੀ ਕਰਦੇ ਹਾਂ, ਕਿ ਪ੍ਰਧਾਨ ਮੰਤਰੀ ਸਮਝ ਗਏ ਸੀ ਜੀ। ਕਿਸਾਨਾਂ ਦੀ ਬਕਾਇਦਾ ਤੌਰ ਤੇ ਅੱਜ ਮੀਟਿੰਗ ਸੀ, ਤੇ ਮੀਟਿੰਗ ਤੋਂ ਪਹਿਲਾਂ ਇਹਨਾਂ ਨੂੰ ਇੱਕ ਲੈਟਰ ਪੈਂਦੀ ਹੈ ਜੋ ਦਵੀਪ ਸਿੰਘ ਹੋਰਾਂ ਨੂੰ ਪਾਈ ਹੈ, ਆਹ ਲੈਟਰ ਜਿਹਦੇ ਵਿੱਚ ਬਕਾਇਦਾ ਇੰਨੀ ਗੱਲ ਗਿਆ ਵੀ ਜਿਹੜੀ ਤੁਸੀਂ ਮੰਗ ਕੀਤੀ ਹੈ ਕਿ ਸਾਡੇ ਜਿਹੜੇ ਸਥਾਨ ਸ਼ਹੀਦ ਹੋ ਗਏ ਉਹਨਾਂ ਨੂੰ ਬਕਾਇਦਾ ਤੇ ਪੰਜਾਬ ਪੈਟਰਨ ਤੇ ਉਹਨਾਂ ਨੂੰ ਮੁਆਵਜ਼ਾ ਪੈ ਜਾਵੇ, ਉਹ ਕਹਿੰਦੇ ਵੀ ਇਹ ਸਾਡਾ ਸਿਧਾਂਤਕ ਮਾਮਲਾ, ਅਸੀਂ ਤੇ ਵਿਚਾਰ ਕਰਾਂਗੇ ਅਸੀਂ ਕੀ ਕਰਨਾ। ਐਮਐਸਪੀ ਬਾਰੇ ਉਹਨਾਂ ਨੇ ਕਿਹਾ ਵੀ ਅਸੀਂ ਕਮੇਟੀ ਬਣਾ ਰਹੇ ਹਾਂ, ਜਿੱਥੇ ਇਸ ਕਮੇਟੀ ਦੇ ਵਿੱਚ ਤੁਸੀਂ ਨੀ ਉਹ ਕਿਸਾਨ ਵੀ ਸ਼ਾਮਿਲ ਹੋਣਗੇ, ਜਿਹੜੇ ਕਿਸਾਨ ਜਿਹੜੀਆਂ ਕਿਸਾਨ ਜਿੱਥੇ ਮੰਗੀਆਂ ਇਹਨਾਂ ਦੀ ਕਰੋੜਤਾ ਕਰਦੀਆਂ ਨੇ ਕਾਨੂੰਨਾਂ ਦੀ। ਇੱਥੇ ਪੰਗਾ ਪੈ ਗਿਆ ਨਾ ਪੈ ਗਿਆ ਜੀ। ਹੁਣ ਅੱਜ ਇਹਨਾਂ ਨੇ ਬਕਾਇਦਾ ਤੌਰ ਤੇ ਕਹਿ ਦਿੱਤਾ ਵੀ ਤੁਹਾਡੀ ਲੈਟਰ ਆਈ ਆ, ਤਿੰਨ ਇਹਨਾਂ ਓਬਜੈਕਸ਼ਨ ਲਾ ਕੇ ਲੈਟਰ ਨੂੰ ਵਾਪਸ ਭੇਜਤਾ, ਭਾਈ ਆਹ ਸਾਡੇ ਓਬਜੈਕਸ਼ਨ ਹੈਗੇ, ਕੱਲ ਨੂੰ ਇਹ ਰਿਮੂਵ ਕਰ ਦਿਓ, ਕੱਲ ਨੂੰ ਅਸੀਂ 2 ਵਜੇ ਫਿਰ ਮੀਟਿੰਗ ਰੱਖੀ ਆ, ਫਿਰ ਤੁਹਾਡੇ ਨਾਲ ਗੱਲ ਕਰਾਂਗੇ ਵੀ ਕੀ ਕਰਨਾ ਕੀ ਨਹੀਂ ਕਰਨਾ। ਬਿਜਲੀ ਬਿੱਲ ਦੀ ਗੱਲ ਆ, ਪਰਾਲੀ ਦੀ ਗੱਲ, ਕੀ ਕੌਂਸੀ ਦੀ ਗੱਲ ਤੇ ਕਰਦੇ ਕੋਈ ਨੀ, ਸਭ ਕੁਝ ਅਧੂਰਾ ਛੱਡਦੇ ਨੇ। ਇਸ ਕਰਕੇ ਉਹਨਾਂ ਕਿਹਾ ਕਿ ਜਿਹੜੇ ਐਮਐਸਪੀ ਦੀ ਗੱਲ ਤੁਸੀਂ ਕੀਤੀ ਆ ਉਹ ਸਿਰਫ ਐਸਕੇਐਮ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨ ਹੀ ਭਾਗ ਲੈਣਗੇ, ਬਾਕੀ ਕੋਈ ਹੋਰ ਭਾਗ ਨਹੀਂ ਲਏਗਾ, ਕਿਉਂਕਿ ਦਰਦ ਇਹਨਾਂ ਨੂੰ ਸੀ ਜੀ, ਮੋਰਚਾ ਇਹਨਾਂ ਨੇ ਲਾਇਆ ਸੀ, ਉਹਨਾਂ ਦੀ ਸਲੀਹ ਤੁਹਾਨੂੰ ਇਹਨਾਂ ਕਿਸਾਨਾਂ ਨੇ ਦੱਸੀ ਸੀ। 11 ਮੀਟਿੰਗਾਂ ਦੇ ਵਿੱਚ ਤੁਸੀਂ ਆਹ ਮੰਨ ਗਏ ਵੀ 14 ਪੁਆਇੰਟਾਂ ਦੇ ਵਿੱਚੋਂ 11 ਪੁਆਇੰਟ ਤੁਹਾਡੇ ਬਿਲਕੁਲ ਦਰੁਸਤ ਨੇ, ਇਹ ਕਿਸਾਨ ਦੇ ਹੱਕ ਦੇ ਵਿੱਚ ਨਹੀਂ ਹੈਗੇ ਕਾਨੂੰਨ, ਤੇ ਫਿਰ ਵੀ ਤੁਸੀਂ ਕਿਉਂਕਿ ਉਹਨੂੰ ਨਾਲ ਬਿਠਾਉਣਾ, ਇਹਦਾ ਮਤਲਬ ਤੁਹਾਡੀ ਨੀਅਤ ਸਾਫ਼ ਨਹੀਂ। ਉਹਨਾਂ ਕਿਹਾ ਕੱਲ ਸਾਡੀ 2 ਵਜੇ ਮੀਟਿੰਗ, ਉਹਦੇ ਪਹਿਲਾਂ ਪਹਿਲਾਂ ਜਵਾਬ ਦੇ ਦਿਓ ਕਿ ਸਾਡਾ ਮੋਰਚਾ
ਜਾਰੀ ਰਹੇ ਨੇ ਜੀ। ਅੱਛਾ ਦੋ ਵੱਡੇ ਕੁਐਸਚਨ ਨੇ ਮਨਜਿੰਦਰ ਸਿਰਸਾ। ਹਾਂਜੀ ਛੋਟੇ ਹੁੰਦੇ ਨਾ ਇੱਕ ਮਤਲਬ ਚਲੋ ਹੁਣ ਨਾ ਤੁਲਨਾ ਕਰਾਂ ਤਾਂ ਚੰਗੀ ਗੱਲ ਆ, ਫਿਰ ਵੀ ਕਿਤੇ ਗੁਰੂ ਘਰ ਦਾ ਪ੍ਰਧਾਨ ਰਿਹਾ, ਕਿਤੇ ਧੌੜੀ ਦਾ ਪ੍ਰਸ਼ਾਦ ਖਾਧਾ, ਕਿਤੇ ਥੋੜ੍ਹੀ ਬਹੁਤੀ ਆ ਜੂ ਕਿਤੇ ਮਨ 'ਚ ਵੀ ਮੈਂ ਕਿੱਧਰ। ਹਾਂਜੀ ਉਹ ਇੱਕ ਸਟੋਰੀ ਸੁਣਾਉਂਦੇ ਹੁੰਦੇ ਸੀਗੇ, ਫਿਰ ਕਿਤੇ ਕਰੂੰਗਾ ਰਾਤ ਦੇ ਪ੍ਰੋਗਰਾਮ ਦੇ ਸੁਣਾਵਾਂਗੇ। ਪਹਿਰਾਵਾ ਬਦਲ ਕੇ ਨੀਲੇ ਗਿੱਦੜ ਵਾਲੀ ਪੜ੍ਹੀ ਤੁਸੀਂ? ਨੀਲੇ ਗਿੱਦੜ ਵਾਲੀ, ਨੀਲੇ ਗਿੱਦੜ ਵਾਲੀ, ਹਾਂ ਹਾਂ ਬਿਲਕੁਲ ਬਿਲਕੁਲ। ਜਿਹੜਾ ਮੁੜ ਕੇ ਵਾਪਸ ਆ ਕੇ ਨਹੀਂ ਸੀ, ਬਾਅਦ ਚ ਜਦੋਂ ਭਾਗ ਕੇ ਪਤਾ ਲੱਗਿਆ ਵੀ ਉਹ ਉਹੀ ਯਾਰ ਆਪਣਾ ਸਾਥੀ ਗਿੱਦੜ ਆ, ਉਹਨੂੰ ਕੁੱਟ ਕੁੱਟ ਕੇ ਮਾਰਤਾ ਸੀ ਮੁੜ ਕੇ। ਹੋਵੇ ਗੁਰੂ ਦਾ ਸਿੱਖ, ਮੈਂ ਤੇ ਜੰਗਲ ਦਾ ਰਾਜਾ ਬਣ ਗਿਆ, ਨਜ਼ਾਰੀ ਦੇ ਕਾਫੀ ਦੇਖਤਾ ਤੇ ਰੰਗਾ ਹੋ ਗਿਆ, ਮੈਂ ਰਾਜਾ ਬਣ ਗਿਆ। ਹੋਵੇ ਗੁਰੂ ਦਾ ਸਿੱਖ ਤੇ ਡਰ ਜਾਵੇ ਗਿੱਦੜ ਭਵਕੀ ਤੋਂ, ਤੇ ਉੱਤੇ ਮੋਹਰ ਲਵੇ ਤਖਤ ਦਾ ਜਹੇਦਾਰ। ਇਦੋਂ ਵੱਡੀ ਹੋਰ ਕੁਲਵੀਰ ਸਿੰਘ ਕੌੜਾ ਤਾਂ ਪਹਿਲਾਂ ਲੈ ਗਿਆ, ਸਿੱਖ ਵੀ ਨਿਕਲ ਗਿਆ, ਇਦੋਂ ਵੱਡੀ ਹੋਰ ਸਿੱਖ ਵੀ ਨਿਕਲ ਗਿਆ, ਇਦੋਂ ਵੱਡਾ ਹੋਰ ਕੀ ਹੋ ਸਕਦਾ। ਇਹਨੂੰ ਕਹਿੰਦੇ ਨਾ ਪਹਿਰਾਵਾ ਪਛਾਣਿਆ ਜਾਂਦਾ ਨਾ, ਅੰਦਰੋਂ ਕੁਝ ਬਾਹਰੋਂ ਕੁਝ ਹੋਰ, ਮਾਥੇ ਤਿਲਕ ਮਥ ਖਾ ਮਥ ਮਾਲ ਹੱਥ ਮਥ ਟੀਕਾ ਹੱਥ ਮਾਲਾ ਬਾਣਾ ਲੋਗਣ ਰਾਮ ਖਲੋਣਾ ਜਾਣਾ। ਖਿਮਾ ਦਾ ਜਾਟਕਾਂ ਜੀ ਮਤਲਬ ਅਚਨਚੇਤ ਮਿਸਟੇਕ ਹੋ ਗਈ ਕਿਉਂਕਿ ਬਾਣੀ ਦੀ ਤੁੱਕ ਹੈ। ਮਾਥੇ ਤਿਲਕ ਹੱਥ ਮਾਲਾ ਬਾਣਾ ਲੋਗਣ ਰਾਮ ਖਲੋਣਾ ਜਾਣਾ, ਕਿੱਡੇ ਸੁਚੇਤ ਸੀ, ਉਹਨਾਂ ਨੂੰ ਪਤਾ ਸੀ ਇਹੋ ਜਿਹੇ ਇਹੋ ਜਿਹੀਆਂ ਵਣਗੀਆਂ ਪੈਦਾ ਹੋਣੀਆਂ ਨੇ, ਹਨਾ ਇਹੋ ਜਿਹੇ ਕਾਂਗਿਆਰੀਆਂ ਨਿਕਲਣੀਆਂ ਨੇ। ਕਮੇਟੀ ਚੋਂ ਨਾਮਜ਼ਦਗੀ ਰੱਦ ਹੋ ਗਈ ਹੈ, ਨਵੇਂ ਮੈਂਬਰਾਂ ਦੇ ਅਧਿਕਾਰ ਪ੍ਰਧਾਨ ਨੂੰ ਦਿੱਤੇ, ਕੀ ਕਹਿਣਾ ਚਾਹੋਗੇ? ਦੇਖੋ ਜੀ ਜਿੱਥੋਂ ਤੱਕ ਇਹਨਾਂ ਦੀ ਕਮੇਟੀ ਚੋਂ ਮੈਂਬਰੀ ਦੀ ਗੱਲ, ਅੱਜ ਵੀ ਸ਼੍ਰੋਮਣੀ ਕਮੇਟੀ ਡੋਗਰੀ ਭਾਸ਼ਾ ਰੱਖ ਰਹੀ ਸੀ। ਡੋਗਰੀ ਭਾਸ਼ਾ ਇਹ ਨੀ ਕਹਿ ਰਹੇ ਸੀ ਕਿ ਉਹਦੀ ਮੈਂਬਰੀ ਅਸੀਂ ਰੱਦ ਕਰਦੇ, ਅਸੀਂ ਨਵਾਂ ਮੈਂਬਰ ਭੇਜ ਰਹੇ ਹਾਂ ਜੀ। ਅੱਛਾ, ਮੈਂ ਕਿਹਾ ਬਕਾਇਦਾ ਦੇਖੋ ਉਹਦੀ ਮੈਂਬਰੀ ਰੱਦ ਕੀਤੀ ਗਈ ਅੱਜ ਦੇਖਿਆ। ਕਹਿਣ ਤੋਂ ਭਾਵੇਂ ਆ ਕਿ ਇੱਕ ਐਪਲੀਕੇਸ਼ਨ ਬਕਾਇਦਾ ਤੌਰ ਤੇ ਮਨਜਿੰਦਰ ਸਿੰਘ ਸਿਰਸਾ ਦੀ ਅਦਾਲਤ ਨੂੰ ਦਿੱਤੀ ਆ। ਕੀ ਕਹਿੰਦਾ ਉਹਦੇ ਚ? ਕਹਿੰਦਾ ਜੀ ਮੇਰੀ ਇਹਦੇ ਵਿੱਚ ਮੈਂਬਰ ਸ਼ੱਕ ਹੈ ਸੀ ਕਿ ਅਸੀਂ ਨਵਾਂ ਰੱਦ ਕਰ ਭੇਜ ਦੇਵੇ, ਲੇਕਿਨ ਮੇਰਾ ਕੇਸ ਚੱਲਦਾ ਰਹਿਣ ਦੇ ਭਾਈ, ਕਿਉਂ ਚੱਲਦਾ ਰਹਿਣ ਦੇ ਮੇਰੀ ਕੋਰਟ? ਜਦੋਂ ਉਹਨਾਂ ਦੇ ਕੋਲੇ ਲੈਟਰ ਐਸ ਡੀ ਪੀ ਸੀ ਦੀ ਪਹੁੰਚ ਗਈ ਕਿ ਮਨਜਿੰਦਰ ਸਿੰਘ ਸਿਰਸਾ ਦੀ ਜਿਹੜੀ ਆ ਉਹ ਡਾਇਰੈਕਟਰ ਚੋਣ ਕਮਿਸ਼ਨ ਦੇ ਵਿਹਾਵ ਦੇ ਉੱਤੇ ਜਿਹੜਾ ਟੈਸਟ ਨਹੀਂ ਪਾਸ ਕਰ ਸਿਆ ਸੀਗੇ, ਤੇ ਕਿਹਾ ਇਹਦੀ ਉਹਨੇ ਮੈਂਬਰੀ ਰੱਦ ਕੀਤੀ, ਉਹਦੇ ਵਿਹਾਵ ਤੇ ਅਸੀਂ ਮੈਂਬਰੀ ਵੀ ਰੱਦ ਕਰਦੇ ਇਹਦੀ, ਤੇ ਨਵਾਂ ਮੈਂਬਰ ਇਹ ਅਸੀਂ ਤੁਹਾਨੂੰ ਭੇਜ ਰਹੇ ਹਾਂ ਨਾ ਭੇਜ ਰਹੇ ਹਾਂ, ਤੇ ਤੁਹਾਡਾ ਕਿਉਂ ਕੇਸ ਰੱਖੂਗੀ ਅਦਾਲਤ ਜੀ, ਤੁਸੀਂ ਅਦਾਲਤ ਦਾ ਸਮਾਂ ਬਰਬਾਦ ਕਰੋਗੇ ਮੁੜ ਕੇ? ਇਸ ਕਰਕੇ ਅੱਜ ਬਕਾਇਦਾ ਤੌਰ ਤੇ ਮੀਟਿੰਗ ਹੋਈ ਆ। ਮੀਟਿੰਗ ਦੇ ਵਿੱਚ ਕਿਹਾ ਗਿਆ ਕਿ ਸਾਰੇ ਅਧਿਕਾਰ ਪ੍ਰਧਾਨ ਨੂੰ ਜੋ ਦਿੱਤੇ ਜਾਂਦੇ ਨੇ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਜੀ ਇੱਕੋ ਹੀ ਵਿਰੋਧੀ ਧਿਰ ਦਾ ਬੰਦਾ ਉਹ ਕਹਿੰਦਾ ਕਿਉਂ ਬਈ ਪ੍ਰਧਾਨ ਨੂੰ ਕਿਉਂ, ਅੰਤਰਿਮ ਕਮੇਟੀ ਦੇ ਪ੍ਰਧਾਨ ਨੇ ਸਾਰੇ ਕੰਮ ਕਰੇ, ਅੰਤਰਿਮ ਕਮੇਟੀ ਕਾਹਦੇ ਵਾਸਤੇ ਬਣਾਈ ਆ ਫਿਰ? ਅੰਤਰ ਕਮੇਟੀ ਚ ਰੱਖੋ, ਦੱਸੋ ਨਾਲ ਉਹ ਬੰਦੇ ਦਾ, ਬੰਦਾ ਉਹ ਧਾਰਮਿਕ ਪ੍ਰਵਿਰਤੀ ਵਾਲਾ ਹੈਗਾ ਕਿ ਨਹੀਂ ਹੈਗਾ, ਗੁਰਸਿੱਖ ਹੈਗਾ ਕਿ ਨਹੀਂ ਹੈਗਾ, ਅੰਮ੍ਰਿਤ ਉਹਨੇ ਛਕੇ ਤੁਹਾਨੂੰ ਪਤਾ ਲੱਗੇ ਜੀ, ਉਹ ਪੰਜ ਬਾਣੀਆਂ ਦਾ ਗਿਆਤ ਹੈਗਾ ਕਿ ਨਹੀਂ ਹੈਗਾ ਕੋਈ? ਇਸ ਕਰਕੇ ਉਹ ਫਿਰ ਇਹਨਾਂ ਬਹੁਤ ਸੰਮਤੀ ਨਾਲ ਪਾਸ ਕਰਕੇ ਪ੍ਰਧਾਨ ਨੂੰ ਅਧਿਕਾਰ ਦਿੱਤੇ, ਤੇ ਬਾਬੇ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਭਾਈ ਇੱਕ ਗੱਲ ਮੈਂ ਤੁਹਾਨੂੰ ਕਹਿੰਦਾ ਨੂੰ ਕਿ ਮੈਂ ਆਪਣੇ ਡਿਸੀਜਨ ਨੋਟ ਦੇਊਂਗਾ, ਬਕਾਇਦਾ ਤੌਰ ਤੇ ਉਹ ਬੰਦਾ ਧਾਰਮਿਕ ਪ੍ਰਵਿਰਤੀ ਵਾਲਾ ਅੰਮ੍ਰਿਤਧਾਰੀ ਤੇ ਗੁਰੂ ਨੂੰ ਸਮਰਪਿਤ ਹੋਣਾ ਚਾਹੀਦਾ, ਤੇ ਪੰਜ ਬਾਣੀਆਂ ਜਿਹਨੂੰ ਆਉਂਦੀ ਹੋਣੀ ਚਾਹੀਦੀ, ਉਹ ਬੰਦਾ ਲਿਓ ਜਿਹੜਾ ਗੁਰੂ ਦੇ ਪੈਰ ਚ ਰਹਿਣ ਵਾਲਾ ਹੋਵੇ, ਘੱਟੋ ਘੱਟ ਸ਼੍ਰੋਮਣੀ ਕਮੇਟੀ ਮੈਂਬਰ, ਜੇ ਸ਼੍ਰੋਮਣੀ ਕਮੇਟੀ ਤੇ ਪੰਜਾਬ ਚ ਕੋਈ ਇਹੋ ਜਿਹੇ ਬੰਦੇ ਬੜੇ ਹੈਗੇ ਜਿਹੜੇ ਪ੍ਰਵਿਰਤੀ ਵਾਲੇ ਹੈਗੇ ਜੀ ਜੀ, ਜਿਨ੍ਹਾਂ ਨੂੰ ਇਹ ਆਉਂਦਾ ਉਹਨਾਂ ਨੂੰ ਤਾਂ ਲਾਗੇ ਲੱਗਣ ਦੇਣਾ ਸੀ, ਜਿਨ੍ਹਾਂ ਨੂੰ 1430 ਪਾਵਨ ਪਵਿੱਤਰ ਪੰਨਿਆਂ ਦਾ ਗਿਆਨ ਹੈ, ਜਿਨ੍ਹਾਂ ਨੇ ਉਹ ਗਿਆਨ ਵੰਡਣਾ ਹੈ, ਉਹਦਾ ਕੰਮ ਕੀ ਹੈ? ਤੁਸੀਂ ਤੇ ਕੱਲ ਹੀ ਗੱਲ ਕੀਤੀ ਸੀ
ਵੀ ਉਹਦੇ ਲਈ ਪ੍ਰੋਗਰਾਮ ਰੱਖ ਦਿੱਤਾ ਗੁਰਦੁਆਰਾ ਸਾਹਿਬ ਦੇ ਵਿੱਚ, ਅਤੇ ਕਹਿੰਦਾ ਗੁਰਦੁਆਰੇ 'ਚ ਕੀ ਰੱਖਿਆ ਅੱਜ ਨੂੰ ਹੁਣ ਜਿਹਦੀ ਮਤਲਬ ਮੈਮਰੀ ਜਿਹੜੀ ਆ ਰੱਦ ਹੋਣ ਦੀ ਆ, ਇਹ ਅੰਦਰੋਂ ਕੁਝ ਬਾਹਰੋਂ ਬਾਹਰੋਂ ਕੁਝ ਹੋਰ, ਹਾਥੀ ਦੇ ਦੰਦ ਖਾਣ ਨੂੰ ਕੁਝ ਹੋਰ, ਵਿਖਾਉਣ ਨੂੰ ਕੁਝ, ਇਹਨਾਂ ਨੂੰ ਇਹਦੇ ਨਾਲ ਕੀ ਲੱਗੇ ਤੁਸੀਂ? ਮਤਲਬ ਇਹਨਾਂ ਨੂੰ ਹੁਣ ਪੰਥਕ ਜਿਹੜਾ ਸਾਡਾ ਸਭ ਤੋਂ ਸਰਮੌਰ ਨੇਤਾ ਟੌੜਾ ਸਾਹਿਬ ਵਾਲੀ ਗੱਲ ਤੁਸੀਂ ਸੁਣਾਈ ਸੀਗੇ ਬਈ ਮੁੱਖ ਮੰਤਰੀ ਲਈ ਉਮੀਦਵਾਰ ਆਊਗਾ ਅਤੇ ਆ ਹੋਊਗਾ, ਤਾਂ ਪਹਿਲਾਂ ਕਹਿੰਦਾ ਪੰਥ ਪੁੰਥ ਕੌਣ ਹੁੰਦਾ, ਅਤੇ ਹੁਣ ਫਿਰ ਉਹ ਪੰਥ ਦੇ ਸੋਹਲੇ ਕੌਣ ਲੱਗ? ਇਹਨਾਂ ਵਾਸਤੇ ਕੁਰਸੀ ਆ 1430 ਭਾਵ ਨੂੰ ਪਵਿੱਤਰ। ਆਹੋ ਬਸ ਉਹੀ ਤਾਂ ਮੈਂ ਕਿਹਾ, ਅਤੇ ਮੁੜ ਕੇ ਜਦੋਂ ਪ੍ਰਧਾਨ ਮੁੱਖ ਮੰਤਰੀ ਦਾ ਨਾਂ ਆ ਗਿਆ ਤਾਂ ਫਿਰ ਉਹੀ ਪੰਥ ਮੇਰਾ ਬਾਪ ਹੋ ਗਿਆ ਪੰਥ। ਇਹਨਾਂ ਤੁਸੀਂ ਕਿੱਧਰ ਚਲੋ ਆਓ, ਖਹਿਰਾ ਸਾਹਿਬ ਦੀ ਜ਼ਮਾਨਤ ਰੱਦ ਆ, ਖਹਿਰਾ ਦੇ ਵਕੀਲਾਂ ਨੇ ਖਹਿਰਾ ਨੂੰ ਨਿਰਦੋਸ਼ ਦੱਸਿਆ ਪਰ ਜ਼ਮਾਨਤ ਰੱਦ ਹੋ ਗਈ ਹੈ। ਦੋ ਤਿੰਨ ਕੁਐਸਚਨ ਨੇ ਕੁਇਕਲੀ ਆਪਣੇ ਕੋਲ, 5 ਮਿੰਟ ਨੇ। ਹਾਂਜੀ ਪਲੀਜ਼। ਜਿਹੜੀ ਖਹਿਰਾ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ ਜੀ, ਬਕਾਇਦਾ ਤੌਰ ਤੇ ਉਹਨਾਂ ਦੇ ਵਕੀਲਾਂ ਨੇ ਜ਼ਮਾਨਤ ਲਾਈ ਸੀ ਤੇ ਅਦਾਲਤ ਤੇ ਰੱਦ ਕਰ ਦਿੱਤੀ। ਈਡੀ ਨੇ ਵਿਰੋਧ ਕੀਤਾ ਬਕਾਇਦਾ ਤੌਰ ਤੇ ਵੀ, ਜੇ ਜ਼ਮਾਨਤ ਤੇ ਬਾਹਰ ਆ ਗਿਆ ਤੇ ਇਹਦੀ ਸਾਡੀ ਜਿਹੜੀ ਆ ਕੇਸ ਤੇ ਅਸਰ ਪਏਗਾ ਜੀ। ਕੇਸ ਰਿਪੋਰਟ ਤੁਸੀਂ ਪੇਸ਼ ਕਰਨੀ, ਕੇਸ ਤੇ ਕਹਿੰਦਾ ਅਸਰ ਪੈਣਾ, ਫਿਰ ਆਪਣੀ ਨੂੰ ਹਾਈਕੋਰਟ ਜਾਣਾ ਭੂਰ, ਇਸ ਤੋਂ ਵੱਧ ਕੁਛ ਨੀ ਹੈਗਾ। ਲੇਕਿਨ ਅੱਜ ਉਹਨਾਂ ਦੀ ਜ਼ਮਾਨਤ ਰੱਦ ਹੋਣੀ, ਇਹ ਵੀ ਮੈਂ ਸਮਝਦਾ ਵੀ ਕਿਤੇ ਕਿਤੇ ਕੋਈ ਨਾ ਕੋਈ ਪਿੱਛੇ ਕੋਈ ਸ਼ਕਤੀ ਕੰਮ ਕਰ ਰਹੀ ਹੈ, ਕਿਉਂਕਿ ਕੇਸ ਏਡਾ ਵੱਡਾ ਨਹੀਂ ਸੀ। ਜਿਹੜਾ ਬੰਦਾ ਆਪ ਮਨੀ ਲਾਂਡਰਿੰਗ ਦੀ ਗੱਲ ਕਰਨ ਡੇ, ਮਨੀ ਲਾਂਡਰਿੰਗ ਤੁਸੀਂ ਦੱਸਣ ਡਿਆ ਵੀ ਮਨੀ ਲਾਂਡਰਿੰਗ ਕੀਤੀ ਨੀ, ਮੇਰੇ ਖਾਤੇ ਚ ਵਿਖਾ ਦਿਓ ਕਿੱਥੇ ਪੈਸੇ ਆਏ ਨੇ, ਤੁਸੀਂ ਮੇਰੇ ਤੇ ਦੋਸ਼ ਪਾ ਰਹੇ ਹੋ। ਇਹਨਾਂ ਈਡੀ ਵਾਲਿਆਂ ਤੇ ਸੀਬੀਆਈ ਵਾਲੇ ਪਤਾ ਨੀ ਕਿੰਨੀ ਕੁ ਮੇਰੀ ਅਦਾਲਤਾਂ ਕੋਲੋਂ ਬੇਚੀ ਗਈ, ਲੇਕਿਨ ਫਿਰ ਢੀਠ ਨੇ ਆਪਣੇ ਜਿਹੜੇ ਆਕਾ ਨੇ ਉਹਨਾਂ ਨੂੰ ਖੁਸ਼ ਰੱਖਦੇ ਨੇ ਤੇ ਆਕਾ ਖੁਸ਼ ਰਹਿਣਗੇ ਸਾਡੇ, ਬਸ ਸਾਡੀ ਬੇਇੱਜ਼ਤੀ ਹੋ ਜਾਂਦੀ ਕੋਈ ਗੱਲ ਜੀ। ਸਾਨੂੰ ਹਾਈਕੋਰਟ ਜਾਊਗਾ, ਹਾਈਕੋਰਟ ਤੋਂ ਫਿਰ ਮਿਲ ਜਾਏਗੀ, ਉਹਨਾਂ ਮੇਰੀ ਜੋ ਖਾਤੇ ਚ ਪੈਸੇ ਲਾਈ ਜੀ ਮਨੀ ਲੈਂਡਰਿੰਗ ਨੇ ਕਾਹਦਾ ਕੀਤਾ, ਜੇ ਪੈਸੇ ਆਏ ਆ ਤੇ ਉਹ ਆਮ ਆਦਮੀ ਪਾਰਟੀ ਨੂੰ ਆਏ ਆ। ਮੈਂ ਵਿਦੇਸ਼ ਚ ਗਿਆ ਜ਼ਰੂਰ ਆ, 16 ਜਾ ਕੇ ਮੈਂ ਉੱਥੇ ਮੀਟਿੰਗਾਂ ਕੀਤੀਆਂ ਜ਼ਰੂਰ ਆ, ਉੱਥੇ ਬਕਾਇਦਾ ਤੌਰ ਤੇ ਇੱਕ ਟੇਬਲ ਵੀ ਲੱਗਦਾ ਸੀ ਪੈਸੇ ਇਕੱਠੇ ਕਰਨ ਵਾਸਤੇ, ਜਿਹੜੇ ਪੈਸੇ ਇਕੱਠੇ ਕਰਦੇ ਪੁੱਛੋ ਉਹਨਾਂ ਨੂੰ ਜਾ ਕੇ, ਮੈਨੂੰ ਵੀ ਪੁੱਛਦੇ ਤੁਸੀਂ। ਲੇਕਿਨ ਇਹਦੇ ਪਿੱਛੇ ਕੋਈ ਸ਼ਕਤੀਆਂ ਕੰਮ ਕਰ ਰਹੀਆਂ ਨੇ ਜਿਹੜੀ ਉਹਨੂੰ ਫਸਾਉਣ ਦੀ ਗੱਲ ਕਰ ਰਹੀਆਂ ਨੇ, ਇਸੇ ਕਰਕੇ ਉਹਨਾਂ ਨੇ ਅੱਜ ਜ਼ਮਾਨਤ ਰੱਦ ਹੋ ਗਈ, ਹਾਈਕੋਰਟ ਜਾਣਾ ਪੈਂਦਾ। ਲੇਕਿਨ ਇਹ ਮੰਦਭਾਗੀ ਗੱਲ ਵੀ ਜ਼ਮਾਨਤ ਰੱਦ ਹੋ ਗਈ ਹੈ। ਬਿਲਕੁਲ ਜੀ, ਸਾਨੂੰ ਸੇਵਾ ਦੇ ਦਿਓ, ਪੈਸੇ ਤੁਸੀਂ ਕਮਾਈ ਚੱਲਿਓ, ਜਿਹੜੀ ਕੰਪਨੀ ਆ ਉਹਨੂੰ ਕਮਾਉਣ ਦਿਓ, ਅਸੀਂ ਕੈਮਰੇ ਠੀਕ ਕਰ ਦਿੰਦੇ ਹਾਂ ਉੱਥੋਂ ਦੇ, 8-10 ਕੈਮਰੇ ਜਿਹੜੇ ਲਾ ਦਿੰਦੇ, ਵਧੀਆ ਟੌਪ ਦੇ ਲਾਵਾਂਗੇ, ਤੁਸੀਂ ਕਹਿ ਦਿਓ ਕਿਸ ਕੰਪਨੀ ਦੇ ਲਾਉਣੇ ਆ, ਪੈਸਾ ਉਗਰਾਹੀ ਵੀ ਨਹੀਂ ਕਰਨੀ, ਰੰਗਲਾ ਪੰਜਾਬ ਦਾ ਪਰਿਵਾਰ ਆਪ ਲਾ ਕੇ ਆਵੇਗਾ, ਕੈਮਰੇ ਲਵਾ ਵੀ ਲਿਓ ਤੁਸੀਂ, ਭੇਜ ਦਾਂਗੇ ਸਰਵਿਸ। ਇਸ ਕਰਕੇ ਮੈਂ ਕਹਿ ਰਿਹਾ, ਕਈ ਵੀਰ ਕਹਿੰਦੇ ਨੇ ਕਿ ਦਰਬਾਰ ਸਾਹਿਬ ਦਾ ਕਲੀਅਰ ਨਹੀਂ ਆਉਂਦਾ, ਯਾਰ ਕੈਮਰੇ ਇੱਦਾਂ ਦੇ, ਕੋਈ ਚੈਨਲ ਬੰਦ ਹੋ ਜਾਵੇ ਪਿੱਛੋਂ ਚੈਨਲ ਵਾਲਿਆਂ ਦੀ ਪ੍ਰੋਬਲਮ ਹੈ, ਪ੍ਰੋਵਾਈਡਰ ਨੂੰ ਚੁੱਕ ਕੇ ਫੋਨ 'ਤੇ ਮੈਸੇਜ ਨਾ ਕਰਨੇ ਸ਼ੁਰੂ ਕਰ ਦਿਆ ਕਰੋ ਜੀ ਫਲਾਣਾ ਚੈਨਲ ਨਹੀਂ ਆ ਰਿਹਾ, ਉਹ ਕਿਸੇ ਵੇਲੇ ਪ੍ਰੋਵਾਈਡਰ ਦੀ ਪਿੱਛੋਂ ਪ੍ਰੋਬਲਮ ਹੁੰਦੀ। ਕੱਲ੍ਹ ਸਾਡਾ ਪ੍ਰੋਗਰਾਮ ਫਰੀਜ ਹੋ ਗਿਆ, ਸਾਨੂੰ ਫੋਨ ਆਉਣੇ ਸ਼ੁਰੂ ਹੋ ਗਏ, ਫਰੀਜ ਆਉਂਦਾ ਜੀ ਫਰੀਜ, ਸਾਡੀ ਆਪਣੀ ਪ੍ਰੋਬਲਮ ਸੀਗੀ, ਸਰਵਰ ਦੀ ਪ੍ਰੋਬਲਮ ਨਹੀਂ, ਜਿਹੜਾ ਤਾਂ ਕੁਛ ਪ੍ਰੋਵਾਈਡਰ ਹੈ ਉਹਦੀ ਕੋਈ ਪ੍ਰੋਬਲਮ ਨਹੀਂ ਹੁੰਦੀ। ਸੋ ਇਸ ਕਰਕੇ ਥੋੜ੍ਹਾ ਜਿਹਾ ਹੌਸਲਾ ਪੇਸ਼ੈਂਟ ਰੱਖਣ ਦੀ ਜ਼ਰੂਰਤ ਹੈ। ਆਓ ਅਗਲੀ ਕਾਲ ਲੈ ਲੈਂਦੇ ਹਾਂ, ਲਾਸਟ ਕਾਲ ਹੈ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਚਾਵਲਾ ਸਾਹਿਬ। ਆਓ ਜੀ, ਆਓ ਜੀ ਜੀ, ਐਨੂ ਪਿੰਡ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਚਾਵਲਾ ਸਾਹਿਬ, ਮੇਰਾ ਕੁਐਸਚਨ ਇਹ ਹੈ ਵੀ ਆਮ ਆਦਮੀ ਪਾਰਟੀ ਨੇ 2017 ਦੇ ਵਿੱਚ 8 ਟੀਮਾਂ ਭੇਜੀਆਂ ਸੀ ਵੱਖ ਵੱਖ ਦੇਸ਼ਾਂ ਦੇ ਵਿੱਚ ਮਾਇਆ ਇਕੱਤਰ ਕਰਨ ਵਾਸਤੇ। ਇੱਥੇ ਸ਼ਰਿਆਮ ਚਾਦਰੀ ਬੈਂਕਟ ਹਾਲ ਚ ਹੋਈਆਂ, ਹੋਇਆ ਮਾਇਆ ਇਕੱਠੀ ਹੋਈ ਆ। ਮੈਂ ਤੁਹਾਨੂੰ ਉਹੀ ਦੱਸਦਾ ਜੀ, ਵੱਖ ਵੱਖ ਦੇਸ਼ਾਂ ਚ ਹੋਈਆਂ ਤੇ ਉਹ 8 ਟੀਮਾਂ ਦੇ ਵਿੱਚ 2-2 3-3 ਮੈਂਬਰ ਸੀ, ਤਾਂ ਸਿਰਫ ਇੱਕ ਟੀਮ ਨੂੰ ਟਾਰਗੇਟ ਕਿਉਂ, ਇੱਕ ਟੀਮ ਦੇ ਵਿੱਚੋਂ ਸਿਰਫ ਇੱਕ ਮੈਂਬਰ ਨੂੰ ਹੀ ਟਾਰਗੇਟ ਕਿਉਂ, ਬਾਕੀ ਆਪ ਵਾਲੇ ਬੀਜੇਪੀ ਵਾਲਿਆਂ ਦੇ ਨਜ਼ਦੀਕੀ ਕਿਵੇਂ ਨੇ ਇਹਦੇ ਬਾਰੇ? ਬਹੁਤ ਵੱਡਾ ਕੁਐਸਚਨ, ਬਹੁਤ ਵੱਡਾ ਕੁਐਸਚਨ। ਚਾਂਦਨੀ ਬੈਂਕਟ ਹਾਲ ਦੇ ਵਿੱਚ ਕੈਪਟਨ ਸਾਹਿਬ ਸਾਡੇ ਕਰਦੇ ਹੁੰਦੇ ਕਾਲ, ਸਭ ਤੋਂ ਪਹਿਲਾਂ ਅੱਗੇ ਲੱਗੇ ਸੀ, ਕਹਿੰਦੇ ਐਂ ਖਲੋ ਕੇ ਮੈਂ ਆਪਣਾ ਪਾਸਪੋਰਟ, ਇੰਡੀਅਨ ਪਾਸਪੋਰਟ ਲੈ ਕੇ, ਪੈਨਸ਼ਨਾਂ ਕੈਨੇਡਾ ਗੌਰਮੈਂਟ ਦੀਆਂ ਅਤੇ ਪੈਸੇ ਉੱਥੇ, ਜਾਂ ਮਿਹਨਤਾਂ ਜਿਹੜੀਆਂ ਨੇ ਇੱਥੇ ਕੈਨੇਡਾ ਦੇ ਵਿੱਚ ਕੀਤੀਆਂ, ਬਰਫ਼ਾਂ ਮਿਧੀਆਂ, ਅਤੇ ਪੈਸੇ ਆਮ ਆਦਮੀ ਪਾਰਟੀ ਨੂੰ ਕਿਉਂ ਦਿੱਤੇ ਸੀ? ਕਿਉਂਕਿ ਤਬਦੀਲੀ ਚਾਹੁੰਦੇ ਸੀ। ਬਹੁਤ ਵਧੀਆ ਕੁਐਸਚਨ, ਕੀ ਕਹਿਣਾ ਚਾਹੋਗੇ ਜੀ? ਖਹਿਰਾ ਕਹਿੰਦਾ ਜੀ ਵਿਖਾਓ ਜੀ ਮੇਰੇ ਖਾਤੇ ਚ ਕਿੱਥੇ ਪੈਸੇ ਆਏ ਆ, ਖਾਤੇ ਉਹ ਆਮ ਆਦਮੀ ਪਾਰਟੀ ਤੋਂ ਆਏ ਨੇ, ਫਿਰ ਮੈਂ ਦੋਸ਼ੀ ਕਿਵੇਂ? ਸਿਰਫ ਇਹ ਪੋਲੀਟੀਕਲ ਸਟੰਟ ਹੈ, ਪੋਲੀਟੀਕਲ ਲਾਇਰਾਬੰਦਰੀ ਹੈ। ਪੋਲੀਟੀਕਲ ਤੌਰ ਤੇ ਉਹਨਾਂ ਨੂੰ ਜਿਹੜਾ ਵਾ ਬਕਾਇਦਾ ਤੌਰ ਤੇ ਤੰਗ ਪ੍ਰੇਸ਼ਨ ਕੀਤਾ ਜਾ ਰਿਹਾ, ਤੇ ਬਕਾਇਦਾ ਤੌਰ ਤੇ ਮੈਂ ਅੱਗੇ ਵੀ ਕਿਹਾ ਵੀ ਸਾਡੀਆਂ ਜਿਹੜੀਆਂ ਏਜੰਸੀਆਂ ਨੇ ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਕਹਿਤਾ ਸੀਬੀਆਈ ਨੂੰ ਤੁਸੀਂ ਸਰਕਾਰ ਦਾ ਤੋਤਾ ਬਣ ਕੇ ਆ ਜਾਂਦੇ, ਬਾਕੀ ਕੀ ਰਹਿ ਗਏ? ਇਸ ਕਰਕੇ ਇਹ ਤੋਤਾ ਨੇ
ਹਾਕਮ ਧਿਰ ਦੇ ਹਾਕਮ ਧਿਰ ਦੀ ਰੰਜਿਸ਼ ਜਿਹੜੀ ਹੈਗੀ ਸੀ ਤੁਹਾਨੂੰ ਪਤਾ ਹੋਵੇ ਤੇ ਫਿਰ ਕੋਈ ਤਾਂ ਆਪਣੇ ਅਖੀ ਤੱਕ ਜਾਂਦਾ ਜਾਂਦਾ ਜੀ। ਚਲੋ ਇਹ ਜੀ ਤੁਸੀਂ ਕਿਹਾ ਤਾਕਤਾਂ ਨੇ ਆਪਣੇ ਕੋਲੋਂ ਦੋ ਕੁਐਸਚਨ ਨੇ ਗੁਰਪੁਰਬ ਵਿੱਚ ਮੈਨੂੰ ਪਤਾ ਕਿ ਜਵਾਬ ਤੇ ਲੰਬਾ ਪਰ ਛੋਟਾ ਰੱਖਣ ਦੀ ਕੋਸ਼ਿਸ਼ ਕਰਿਓ। ਨਰਿੰਦਰ ਮੋਦੀ ਨੇ ਲਾਲ ਟੋਪੀ ਨੂੰ ਖਤਰੇ ਦੀ ਘੰਟੀ ਦੱਸ ਦਿੱਤਾ ਪਰ ਦੂਜੇ ਪਾਸੇ ਲਾਲ ਟੋਪੀ ਲਾਲ ਟੋਪੀ ਲਾਲ ਟੋਪੀ ਲਾਲ ਟੋਪੀ ਦਾ ਹੜ ਆ ਗਿਆ ਮੇਰਠ ਦੇ ਵਿੱਚ, ਕੀ ਕਹਿਣਾ ਚਾਹੋਗੇ? ਦੇਖੋ ਜੀ ਆਪ ਹੀ ਉਹਨਾਂ ਨੇ ਅਗਤੇ ਸਵਾਲ ਦਾ ਜਿਵੇਂ ਤਾਂ ਮੋਦੀ ਸਾਹਿਬ ਨੇ ਜਵਾਬ ਦਿੱਤਾ ਕਿ ਮੈਂ 2016 ਚ ਇੱਥੇ ਆਇਆ ਸੀ ਇਲੈਕਸ਼ਨ ਤੋਂ ਪਹਿਲਾਂ ਮਤਲਬ ਆਇਆ ਸੀਗਾ ਤੇ ਇੱਥੇ ਏਮਸ ਵਗੈਰਾ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਕੁਝ ਹੋਰ ਸੰਸਥਾਵਾਂ ਨੀਂਹ ਪੱਥਰ ਰੱਖੇ ਸੀ, ਅੱਜ ਮੇਰੇ ਤੋਂ ਉਦਘਾਟਨ ਕਰਨ ਵਾਸਤੇ ਆਪ ਵੀ ਅੱਜ ਹੀ ਆਇਆ ਮੈਂ ਕਿਉਂ ਇਲੈਕਸ਼ਨ ਆ ਸਵੇਰੇ ਆਪ ਜਵਾਬ ਦਿੱਤਾ। ਉਹਨਾਂ ਕਿਹਾ ਜੀ ਯਾਰ ਲਾਲ ਟੋਪੀ ਵਾਲਿਆਂ ਤੋਂ ਬਚਿਓ ਇਹ ਖਤਰੇ ਦੀ ਘੰਟੀ ਜੇ, ਲਾਲ ਟੋਪੀ ਵਾਲੇ ਬੜੇ ਮਾੜੇ ਹੁੰਦੇ ਜੇ ਮੋਦੀ ਸਾਹਿਬ, ਜਿਹੜੀ ਲਾਲ ਟੋਪੀ ਦੀ ਤੁਸੀਂ ਗੱਲ ਕਰਦੇ ਹੋ ਜੈਪ੍ਰਕਾਸ਼ ਨਰਾਇਣ ਵੀ ਟੁੱਟੀ ਪਾਉਂਦਾ ਸੀ ਤੁਹਾਡੀ ਬੀਜੇਪੀ ਉਸ ਟਾਈਮ ਦੀ ਉਹਦੇ ਨਾਲ ਮੋਢੇ ਦਾ ਮੋਢਾ ਜੁੜ ਕੇ ਖੜੀ ਹੁੰਦੀ, ਅੱਜ ਤੁਹਾਨੂੰ ਉਸ ਲਾਲ ਟੋਪੀ ਤੋਂ ਡਰ ਲੱਗਣ ਲੱਗ ਪਿਆ। ਦੂਜੇ ਪਾਸੇ ਲਾਲ ਟੋਪੀ ਵਾਲਿਆਂ ਦਾ ਮੇਰੇ ਚ ਹਾਰ ਆ ਗਿਆ ਤੇ ਲਾਲ ਟੋਪੀ ਵਾਲੀ ਅਖਿਲੇਸ਼ ਯਾਦਵ ਨੇ ਇੰਨੀ ਗੱਲ ਕਹੀ ਵੀ ਦੇਖੋ ਮੋਦੀ ਸਾਹਿਬ ਅਸੀਂ ਤੁਹਾਡੇ ਤੇ ਕੋਈ ਟਿੱਪਣੀ ਨੀ ਕਰਨਾ, ਲਾਲ ਟੋਪੀ ਖਤਰਾ ਕਾਹਦੇ ਵਾਸਤੇ ਆ, ਮਹਿੰਗਾਈ ਵਾਸਤੇ, ਕਿਸਾਨਾਂ ਦੀਆਂ ਮੰਗਾਂ ਵਾਸਤੇ, ਬੇਰੁਜ਼ਗਾਰੀ ਵਾਸਤੇ, ਉਹਦੇ ਵਾਸਤੇ ਲਾਲ ਟੋਪੀ ਹੈ, ਤੁਹਾਡੇ ਵਾਸਤੇ ਨੀ। ਅਸੀਂ ਉਹ ਚਾਹੁੰਦੇ ਵੀ ਉਹ ਖਤਮ ਕੀਤੀਆਂ ਜਾਣ ਲਾਲ ਟੋਪੀ ਦੇ ਨਾਲ, ਇਸ ਕਰਕੇ ਛੋਟਾ ਰੱਖੀਏ ਇਹੀ ਗੱਲ ਲਾਲ ਟੋਪੀ ਵਾਲੀ। ਹੁਣ ਤੁਸੀਂ ਇੱਥੇ ਆ ਜਾਓ, ਮਨ ਕੀ ਬਾਤ ਦੇ ਵਿੱਚ ਕਹਿੰਦੇ ਨੇ ਕਿ ਕੋਈ 37 ਅਰਬ ਰੁਪਇਆ ਖਰਚ ਹੋਇਆ, ਹੁਣ ਮਨ ਕੀ ਬਾਤ ਇਹਦੇ ਬਾਰੇ ਇੱਕ ਗੱਲ ਕਰਾਂਗੇ, ਲੰਮਾ ਘੱਟੋ ਘੱਟ 3-4 ਮਿੰਟ 5 ਮਿੰਟ ਲੱਗਣੇ। ਚਲੋ ਰਾਤ ਨੂੰ ਤੁਸੀਂ ਕਿਹੜਾ ਚਲ ਜਾਣਾ। ਅੱਛਾ ਜਿਹੜਾ ਮਨਜਿੰਦਰ ਸਰਸੇ ਦਾ ਬਿਆਨ ਆ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਮਸਲੇ ਹੱਲ ਕਰਾਉਣ ਜੋਗੀ ਨਹੀਂ ਹੈ, ਮੈਂ ਲਾਲ ਟੋਪੀ ਨਾਲ ਜੋੜ ਕੇ ਰੱਖਣਾ ਚਾਹੁੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਬਣੇ ਫਿਰਦੇ ਨੇ ਨਾ ਆਪਣੇ ਪੰਥਕ, ਅੱਜ ਕੱਲ੍ਹ ਟਿਕਟਾਂ ਵੰਡਦੇ ਨੇ, ਮੁੜ ਕੇ ਇਹਨਾਂ ਨੂੰ ਹੱਥ ਅੱਡਣੇ ਪੈਣੇ ਜੇ ਨਾ ਆਪਣੀ ਪੀੜ੍ਹੀ ਥੱਲੇ ਛੋਟਾ ਨਾ ਮਾਰਿਆ। ਆ ਕੈਪਟਨ ਸਾਹਿਬ ਮੰਗਦੇ ਫਿਰਦੇ, ਇਹਨਾਂ ਨੂੰ ਵੀ ਮੰਗਣੀਆਂ ਪੈਣੀਆਂ। ਛੋਟਾ ਭਰਾ ਵੱਡਾ ਭਰਾ ਵਾਲੀ ਕਹਾਣੀ ਬੜੀ ਵਾਰੀ ਸੁਣਾ ਚੁੱਕੇ ਹਾਂ, ਜੇ ਇਹਨਾਂ ਨੇ ਅੱਜ ਤੱਕ ਆਪਣੇ ਨਾ ਸੰਭਾਲਿਆ ਤਾਂ ਇਹਨਾਂ ਨੇ ਵੋਟਾਂ ਮੰਗਣੀਆਂ, ਮੁੜ ਕੇ ਟਿਕਟਾਂ ਮੰਗਣੀਆਂ ਅਤੇ ਮੁੜ ਕੇ ਮਿਲਣੀਆਂ ਨਹੀਂ। ਇਹ ਲਾਲ ਟੋਪੀ ਵਾਲੀ ਗੱਲ ਆ ਮਨਜਿੰਦਰ ਸਿਰਸੇ ਦਾ ਬਿਆਨ ਹੈ ਨਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਥਕ ਮਸਲੇ ਹੱਲ ਕਰਾਉਣ ਜੋਗੀ ਨਹੀਂ ਰਹੀ, ਛੋਟਾ ਜਿਹਾ ਬਿਆਨ ਨਹੀਂ ਆ। ਇਸ ਬਿਆਨ ਦੇ ਉੱਤੇ ਸੋਚ ਵਿਚਾਰ ਕੇ ਚੱਲੋ ਤਾਂ ਤੁਸੀਂ ਕਿੱਥੇ ਦਾ ਕਿੱਥੇ ਲੈ ਜਾਂਦੇ ਹੋ। ਹਾਂ ਚੱਲ ਜਾਓ ਮਨ ਕੀ ਬਾਤ ਤੋਂ ਹੁੰਦੇ ਹੋਏ ਲਾਲ ਟੋਪੀ ਵਾਲੇ ਪਾਸੇ ਨੂੰ, ਇੱਥੇ ਦਸਤਾਰਾਂ ਜਿਹੜੀਆਂ ਪੰਥਕ ਨੇ ਉਹਨਾਂ ਨੂੰ ਟਾਰਗੇਟ ਕੀਤਾ ਕਿ ਇਹ ਹੈ ਨਹੀਂ ਹੁਣ ਖਾਲੀ ਪੀਪਾ। ਹਾਂਜੀ ਕੀ ਕਹਿਣਾ ਚਾਹੋਗੇ? ਬਨਜਿੰਦਰ ਸਿੰਘ ਸਿਰਸਾ ਛੋਟਾ ਬਿਆਨ ਨਹੀਂ ਹੈ, ਇੱਕ ਜਿਹੜਾ ਦਰਿਆ ਨਾ ਦਰਿਆ ਜਦੋਂ ਉਹ ਸਮੁੰਦਰ ਵਾਲੇ ਪਾਸੇ ਜਾਂਦਾ ਕਹਿੰਦਾ ਜੀ ਮੈਂ ਵੱਡੇ ਘਰ ਜਾ ਰਿਹਾ, ਉਹਨੂੰ ਇਹ ਨੀ ਪਤਾ ਹੁੰਦਾ ਮੇਰੀ ਹੋਂਦ ਖਤਮ ਹੋ ਰਹੀ ਤੇ ਮਨਜਿੰਦਰ ਸਿੰਘ ਸਿਰਸਾ ਜੀ ਜੋ ਤੁਹਾਡਾ ਮਾਨ ਸਤਿਕਾਰ ਅਕਾਲੀ ਦਲ ਸੀ ਤੁਹਾਨੂੰ ਬੀਜੇਪੀ ਦੇ ਵਿੱਚ ਨਹੀਂ ਮਿਲਣਾ। ਹਰਜੀਤ ਸਿੰਘ ਗਰੇਵਾਲ ਨੇ ਅੱਜ ਹੀ ਕਹਿਤਾ ਕੈਪਟਨ ਅਮਰਿੰਦਰ ਸਿੰਘ ਤੇ ਮਨਜਿੰਦਰ ਸਿੰਘ ਸਿਰਸਾ ਸਾਡੇ ਪੰਜਾਬ ਦੇ ਸੀਐਮ ਤੇਰੇ ਨਹੀਂ ਹੋਏ। ਇੱਥੇ ਤੁਸੀਂ ਜਨਰਲ ਸੈਕਟਰੀ ਵੀ ਸੀ, ਬੁਲਾਰੇ ਵੀ ਸੀ, ਕਿ ਜੋ ਜੀ ਕਰਦਾ ਕਰਦੇ ਸੀ, ਪ੍ਰਧਾਨ ਬੜੇ ਤੁਹਾਨੂੰ ਉੱਥੇ ਲੱਕਾ ਮਿਲੇ ਸੀ, ਬੜੀਆਂ ਪੋਸਟਾਂ ਮਿਲੀਆਂ ਸੀ। ਹੁਣ ਤੁਸੀਂ ਉੱਥੇ ਪੋਸਟ ਲੈ ਕੇ ਵਿਖਾਓ, ਤੁਹਾਡੇ ਕੋਲ ਵੱਡੇ ਵੱਡੇ ਬੈਠੇ ਨੇ ਉੱਥੇ ਨਾਰਥ ਬੈਠੇ। ਓਹ ਅੱਛਾ, ਤੇ ਜੇ ਤੁਸੀਂ ਕਹੋ ਵੀ ਅਕਾਲੀ ਦਲ ਨੇ ਕੁਛ ਨੀ ਕੀਤਾ, ਆਪੇ ਤੁਸੀਂ ਅਕਾਲੀ ਦਲ ਦਾ ਇਤਿਹਾਸ ਚੀਜ਼ਾਂ ਤੇ ਪੜ੍ਹ ਕੇ ਸੁਣਦੇ ਰਹੇ ਜੀ, ਕਿੰਨੀਆਂ ਕੁਰਬਾਨੀਆਂ ਕੀਤੀਆਂ, ਅੱਜ ਤੁਸੀਂ ਕਹਿੰਦੇ ਕਾਹੇ ਜੋਗਾ ਨਹੀਂ ਰਿਹਾ। ਬਿਲਕੁਲ ਬਿਲਕੁਲ, ਅਸੀਂ ਨੀ ਕਹਿ ਰਹੇ, ਇਹ ਤੁਸੀਂ ਕਹਿ ਰਹੇ ਹੋ ਜਿਹੜੇ ਅਕਾਲੀ ਦਲ ਦੇ ਵਿੱਚ ਇੰਨਾ ਸਮਾਂ ਬਿਤਾਇਆ, ਅਕਾਲੀ ਦਲ ਦੀਆਂ ਟਿਕਟਾਂ ਲੈ ਕੇ ਇਲੈਕਸ਼ਨ ਲੜੀ, ਅਕਾਲੀ ਦਲ ਦੇ ਗੁਣ ਗਾਏ, ਸੌਦਾ ਸਾਹਿਬ ਦੀਆਂ ਚਿੱਠੀਆਂ ਲਿਆ ਕੇ ਅਕਾਲੀ ਦਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਕਿਹੜਾ ਕੰਮ ਨੀ ਤੁਸੀਂ ਕੀਤਾ? ਇੱਕ ਪਾਸੇ ਤੁਸੀਂ ਸਪੋਕਸਮੈਨ ਟੀਵੀ ਤੇ ਬਹਿ ਕੇ ਅੱਖਾਂ ਚ ਅੱਥਰੂ ਚੀਰਦੇ ਵੀ ਸੁਖਬੀਰ ਸਿੰਘ ਬਾਦਲ ਮੇਰਾ ਨਾਤਾ ਟੁੱਟ ਗਿਆ, ਯਕੀਨ ਨਹੀਂ ਅਸੀਂ ਤੋੜੋ, ਤੁਸੀਂ ਤੇ ਸਿਰਫ ਆਪਣੀ ਖੱਲ ਬਚਾਈ। ਜਿਹੜੀ ਗੱਲ ਚਾਵਲਾ ਸਾਹਿਬ ਤੁਸੀਂ ਕਹਿੰਦੇ ਹੋ ਕਿ ਖਾਲਸਾ ਡਰਦਾ ਨੀ ਗਾ ਕਿਸੇ, ਬਸ ਵਰਦਾ ਵਾ ਸਗੋ, ਤੁਸੀਂ ਭੱਜ ਗਏ ਮੈਦਾਨ ਛੱਡ ਕੇ ਇਸ ਦਿਨ ਮੇ ਕਿਆ ਬਾਤ, ਉੱਤੇ ਮੋਰ ਸਾਡੇ ਤਖਤ ਦਾ ਜਹੇਦਾਰ ਲਾ ਰਿਹਾ ਦੇਖੋ।
सुन रहे हो चावला न्यूज़ नेटवर्क टोरंटो CNN टोरंटो।